ਜੋ ਅਕਾਲੀ ਦਲ ਨੇ ਪੰਜਾਬ ਨਾਲ ਧਰੋਹ ਕੀਤਾ ਹੈ। ਸਪੀਕਰ ਸਾਹਿਬ, ਮੈਨੂੰ ਲੱਗਦਾ ਇਹਨਾਂ ਨੂੰ ਪਰਮਾਤਮਾ ਦੀ ਕਚਹਿਰੀ ਚ ਵੀ ਕਿਤੇ ਇਹਨਾਂ ਨੂੰ ਪਨਾਹ ਨਹੀਂ ਮਿਲੂਗੀ। ਸਪੀਕਰ ਸਾਹਿਬ, ਪਰਮਾਤਮਾ ਮਨਪ੍ਰੀਤ ਨੂੰ ਤੇ ਮਨਪ੍ਰੀਤ ਦੀ ਔਲਾਦ ਨੂੰ ਆਪਦੇ ਘਰ ਚ ਆਪਦੀ ਬਾਰਗਾਹ ਚ ਪਨਾਹ ਨਾ ਦੇਵੇ ਜੇ ਮੈਂ ਇਹ ਝੂਠ ਬੋਲਾਂ। ਜਿਹੜੀ ਵੀ ਅਗਲੀ ਸਰਕਾਰ ਆਏਗੀ ਉਹ ਬਰਬਾਦ ਹੋ ਜੇ। ਇਹ 10,500 ਕਰੋੜ ਚ ਪਿਛਲੇ 3 ਸਾਲਾਂ ਚ ਜੇ ਆਪਣੇ ਕੋਲੇ ਹੁੰਦਾ ਆਪਾਂ ਕੀ ਬਣਾ ਸਕਦੇ ਸੀ। ਮੈਂ ਇੱਕ ਗੱਲ ਜ਼ਰੂਰ ਯਾਦ ਕਰਾਉਣੀ ਚਾਹਾਂਗਾ, ਈਵਨ ਐਟ ਐਕਸਪੈਂਸ ਆਫ ਯੋਰ ਟਾਈਮ। ਜਿਹੜਾ ਸਭ ਤੋਂ ਬੇਰਹਿਮ ਕੰਮ ਪਿਛਲੀ ਸਰਕਾਰ ਕਰਕੇ ਗਈ ਹੈ, ਉਹ 31,000 ਕਰੋੜ ਦਾ ਜਿਹੜਾ CCL ਦਾ ਗੈਪ ਸੀਗਾ, ਗਿਣਤੀ ਤੋਂ ਇੱਕ ਦਿਨ ਪਹਿਲਾਂ, ਸਪੀਕਰ ਸਾਹਿਬ ਗਿਣਤੀ ਤੋਂ ਇੱਕ ਦਿਨ ਪਹਿਲਾਂ ਦਸਤਖਤ ਕਰਦੇ, ਨਹੀਂ ਤਾਂ ਅਸੀਂ ਸੁਪਰੀਮ ਕੋਰਟ 'ਚ ਦਾਅਵਾ ਕਰਦੇ। ਸਪੀਕਰ ਸਾਹਿਬ, ਪਰਮਾਤਮਾ ਮਨਪ੍ਰੀਤ ਨੂੰ ਤੇ ਮਨਪ੍ਰੀਤ ਦੀ ਔਲਾਦ ਨੂੰ ਆਪਦੇ ਘਰ 'ਚ ਆਪਦੀ ਬਾਰਗਾਹ 'ਚ ਪਨਾਹ ਨਾ ਦੇਵੇ ਜੇ ਮੈਂ ਇਹ ਝੂਠ ਬੋਲਾਂ ਕਿ ਗਵਰਨਮੈਂਟ ਆਫ ਇੰਡੀਆ ਇਹ ਜਿਹੜਾ 31,000 ਕਰੋੜ ਸੀ ਇਹਨੂੰ 1/3 ਦੇ ਰੇਸ਼ੋ ਨਾਲ ਇਹਨੂੰ ਸ਼ੇਅਰ ਕਰਨ ਨੂੰ ਤਿਆਰ ਸੀਗੇ। ਇਹਨਾਂ ਨੂੰ ਪਤਾ ਸੀ ਕਿ ਅਸੀਂ ਆਉਣਾ ਨਹੀਂ, ਜਿਹੜੀ ਵੀ ਅਗਲੀ ਸਰਕਾਰ ਆਏਗੀ ਉਹ ਬਰਬਾਦ ਹੋ ਜੇ। ਔਰ ਸਪੀਕਰ ਸਾਹਿਬ, 31,000 ਕਰੋੜ ਜਿਹੜਾ ਸੀ ਇਹ 3 ਸਾਲ ਜਦੋਂ 31 ਮਾਰਚ ਨੂੰ ਅਸੀਂ 10,500 ਕਰੋੜ ਉਹਦਾ ਵਿਆਜ ਤੇ ਮੂਲ ਭਰ ਚੁੱਕੇ ਹਾਂ। ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ 10,500 ਕਰੋੜ ਉਹਦਾ ਮੂਲ ਭਰ ਚੁੱਕੇ ਹੈ। ਔਰ ਸਪੀਕਰ ਸਾਹਿਬ, ਮੈਂ ਇੱਕ ਮੋਟਾ ਜਿਹਾ ਹਿਸਾਬ ਲਾਇਆ, ਕਿਉਂਕਿ 10,000 ਕਹਿ ਦਈਏ 15,000 ਕਹਿ ਦਈਏ ਕਿਸੇ ਨੂੰ ਕੀ ਪਤਾ ਚੱਲਣਾ। ਸਪੀਕਰ ਸਾਹਿਬ, ਇੱਕ ਮੈਂ ਮੋਟਾ ਜਿਹਾ ਹਿਸਾਬ ਲਾਇਆ, ਇਹ 10,500 ਕਰੋੜ ਚ ਪਿਛਲੇ 3 ਸਾਲਾਂ ਜੇ ਆਪਣੇ ਕੋਲੇ ਹੁੰਦਾ ਆਪਾਂ ਕੀ ਬਣਾ ਸਕਦੇ ਸੀ। ਪਠਾਨਕੋਟ ਤੋਂ ਸ਼ੰਭੂ, ਸਪੀਕਰ ਸਾਹਿਬ ਅੱਖਾਂ ਵਿੱਚੋਂ, ਪਠਾਨਕੋਟ ਤੋਂ ਸ਼ੰਭੂ ਤੇ ਚੰਡੀਗੜ੍ਹ ਤੋਂ ਅਬੋਹਰ 4-lane ਹਾਈ ਸਪੀਡ ਹਾਈਵੇ ਬਣ ਸਕਦਾ ਸੀ। ਔਰ ਇਹ ਕਿੰਨੇ ਚ ਬਣਦਾ ਜੀ? ਇਹ 2500 ਕਰੋੜ ਚ ਬਣ ਜਾਂਦਾ, ਆਪਣੇ ਕੋਲੇ ਫਿਰ ਵੀ ਬਕਾਇਆ ਪੈਸਾ। ਇਸ ਤੋਂ ਇਲਾਵਾ ਸਪੀਕਰ ਸਾਹਿਬ, ਇੱਕ ਮੈਡੀਕਲ ਕਾਲਜ 400 ਕਰੋੜ ਦਾ ਬਣਦਾ, ਆਪਾਂ 3 ਨਵੇਂ ਮੈਡੀਕਲ ਕਾਲਜ ਖੋਲ ਸਕਦੇ ਸੀ ਇਹਨਾਂ 3 ਸਾਲਾਂ ਚ, 1200 ਕਰੋੜ, 2500 ਤੇ 1200 ਕਰੋੜ। ਇਸੇ ਤਰ੍ਹਾਂ ਸਪੀਕਰ ਸਾਹਿਬ, 40 ਕਰੋੜ ਦਾ ਇੱਕ 100-bedded ਹਸਪਤਾਲ ਬਣਦਾ, 40 ਕਰੋੜ ਚ 100 ਬਿਸਤਰਿਆਂ ਦਾ ਹਸਪਤਾਲ ਬਣਦਾ। ਅਸੀਂ ਹਰ ਜ਼ਿਲ੍ਹੇ ਦੇ ਵਿੱਚ 900 ਕਰੋੜ ਦੀ ਲਾਗਤ ਨਾਲ ਇੱਕ ਨਵਾਂ ਹਸਪਤਾਲ ਖੋਲ ਸਕਦੇ ਸੀ। 1 ਕਰੋੜ ਨਾਲ PHC ਬਣਦੀ ਹੈ ਜੀ, ਮੈਂ ਹਰ ਹਲਕੇ ਦੇ ਵਿੱਚ 5 ਨਵੀਆਂ PHC ਦੇ ਸਕਦਾ ਸੀ 600 ਕਰੋੜ ਦੇ ਨਾਲ। ਇਸੇ ਤਰ੍ਹਾਂ ਸਪੀਕਰ ਸਾਹਿਬ, ਇੱਕ ਹਾਇਰ ਸੈਕੰਡਰੀ ਸਕੂਲ ਜਿਹੜਾ ਬਿਲਕੁਲ ਨਵਾਂ ਬਣਾਉਣਾ ਉਹ 15 ਕਰੋੜ ਦਾ ਬਣਦਾ, ਮੈਂ ਹਰ ਕੰਸਟੀਚੁਐਂਸੀ ਦੇ ਵਿੱਚ ਇੱਕ ਨਵਾਂ ਹਾਇਰ ਸੈਕੰਡਰੀ ਸਕੂਲ ਬਣਾ ਸਕਦਾ ਸੀ 1800 ਕਰੋੜ ਦੀ ਲਾਗਤ ਨਾਲ। ਇੱਕ ITI 5 ਕਰੋੜ ਨਾਲ ਬਣਦੀ ਹੈ ਸਪੀਕਰ ਸਾਹਿਬ, ਮੈਂ ਹਰ ਹਲਕੇ ਦੇ ਵਿੱਚ ਇੱਕ ITI ਬਣਾ ਸਕਦਾ ਸੀ 600 ਕਰੋੜ ਦੀ। ਇੰਡਸਟਰੀਅਲ ਪਾਰਕ ਜਿਹੜਾ 1000 ਕਰੋੜ ਦਾ ਬਣਦਾ, ਇਸੇ 10,000 ਕਰੋੜ ਚ ਮੈਂ 2 ਨਵੇਂ ਇੰਡਸਟਰੀਅਲ ਪਾਰਕ ਬਣਾ ਸਕਦਾ ਸੀ। ਔਰ ਸਪੀਕਰ ਸਾਹਿਬ, ਇਸ ਤੋਂ ਇਲਾਵਾ 1000 ਕਰੋੜ ਫਿਰ ਵੀ ਬਚ ਜਾਂਦਾ ਜੇ ਦਸਤਖਤ ਕਰਕੇ ਨਾ ਜਾਂਦੇ। ਮੈਂ 1000 ਕਰੋੜ ਦਾ ਕੀ ਕਰਨਾ ਸੀ? ਮੈਂ ਕੈਪਟਨ ਸਾਹਿਬ ਤੋਂ ਪੁੱਛ ਕੇ ਮੈਂ PAU ਨੂੰ 1000 ਕਰੋੜ ਦਾ ਇੱਕ ਕਾਰਪਸ ਫੰਡ ਦੇ ਦੇਣਾ ਸੀ, ਵੀ ਇਹਨੂੰ ਤੁਸੀਂ ਔਰ ਇਹਦੇ ਵਿਆਜ ਨਾਲ ਤੁਸੀਂ ਰਿਸਰਚ ਕਰੋ ਕਿ ਕਿਸਾਨ ਦੀ ਆਮਦਨ ਕਿਵੇਂ ਵੱਧ ਹੋ ਸਕੇ। ਔਰ ਸਪੀਕਰ ਸਾਹਿਬ, ਇਹ ਮੈਂ ਸਿਰਫ 3 ਸਾਲ ਦੀ ਗੱਲ, ਔਰ ਇਹ ਇਟ ਇਜ਼ ਓਨਲੀ 1/6
ਇੱਕ ਬਟਾ ਛੇ ਇਹ 2034 ਚ ਕਰਜ਼ੇ ਦੀ ਅਦਾਇਗੀ ਹੋਣੀ ਹੈ। 57,000 ਕਰੋੜ ਪੂਰਾ ਭਰਨਾ ਪੈਣਾ, 10 ਤਾਂ ਅਸੀਂ ਭਰ ਦਿੱਤਾ, ਇਹਦੇ ਹੋਰ 47,000 ਕਰੋੜ ਭਰਨਾ। ਸਪੀਕਰ ਸਾਹਿਬ ਇਹਦਾ ਤੁਸੀਂ ਮਲਟੀਪਲਾਇਰ ਇਫੈਕਟ ਦੇਖੋ ਕਿ ਜੇ ਇਹ 10,000 ਕਰੋੜ ਨਾਲ ਇੰਨਾ ਬਣਦਾ ਤੇ 57 ਨਾਲ 6 ਗੁਣਾ ਹੋਰ ਬਣਦਾ ਤੇ ਪੰਜਾਬ ਕਿੱਥੇ ਤੋਂ ਕਿੱਥੇ ਜਾਂਦਾ। ਸਪੀਕਰ ਸਾਹਿਬ ਸਿਆਸਤ ਸਾਰੇ ਕਰਦੇ ਆ, ਪੋਲੀਟਿਕਸ ਸਾਰੇ ਕਰਦੇ, ਕੋਈ ਵੱਡੀ ਗੱਲ ਨਹੀਂ ਹੈ, ਪਰ ਇਸ ਕਿਸਮ ਦਾ ਜੋ ਅਕਾਲੀ ਦਲ ਨੇ ਪੰਜਾਬ ਨਾਲ ਧਰੋਹ ਕੀਤਾ, ਸਪੀਕਰ ਸਾਹਿਬ ਮੈਨੂੰ ਲੱਗਦਾ ਇਹਨਾਂ ਨੂੰ ਪਰਮਾਤਮਾ ਦੀ ਕਚਹਿਰੀ ਚ ਵੀ ਕਿਤੇ ਇਹਨਾਂ ਨੂੰ ਪਨਾਹ ਨਹੀਂ ਮਿਲੂਗੀ।